ਹਾਂਜੀ ਪਿਆਰੇ ਵਿਦਿਆਰਥੀਓ ਤੁਹਾਨੂੰ ਫਿਰ ਇੱਕ ਵਾਰ ਦੱਸ ਰਹੇ ਹਾਂ ਕਿਉਂਕਿ ਪੇਪਰ ਦੇ ਵਿੱਚ ਕਈ ਵਾਰ ਪ੍ਰੋਬਲਮ ਵੀ ਆਉਂਦੀ ਹੈ ਕਈ ਨੂੰ ਪੀਡੀਐਫ ਬਣਾਉਣ 'ਚ ਜਾਂ ਉਹਨੂੰ ਅਪਲੋਡ ਕਰਨ 'ਗੇ ਤਾਂ ਉਹਦਾ ਇੱਕ ਸੌਖਾ ਤਰੀਕਾ ਹੋਰ ਹੈ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਇੱਕ ਪੀਡੀਐਫ ਸਕੈਨਰ ਜੂ ਡਾਊਨਲੋਡ ਕਰਨਾ ਸਾਰੇ ਨੇ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਮੇਰੀ ਮੋਬਾਈਲ ਤੇ ਇਹ ਮੋਬਾਈਲ ਹੈ ਜਿਹੜੀ ਸਕਰੀਨ ਤੇ ਅਸਲ ਵਿੱਚ ਮੈਂ ਦੱਸੂਗਾ ਵੀ ਕੁਝ ਕਾਰਨ ਨੇ ਜਿਨ੍ਹਾਂ ਕਰਕੇ ਪੀਡੀਐਫ ਥੋੜੀ ਨਹੀਂ ਅਟੈਚ ਹੁੰਦੀ ਸਕ੍ਰੀਨ ਤੇ ਪਿਲਦਾ ਇੱਕ ਆਪਣੇ ਕੋਲ ਪੀਡੀਐਫ ਸਕੈਨਰ ਹੈ ਆਹ ਵੇਖੋ ਠੀਕ ਹੈ ਜੀ ਇਹ ਸਾਰੇ ਡਾਊਨਲੋਡ ਕਰ ਲੈਣਾ ਪੀਡੀਐਫ ਬਣਾਉਣ ਦੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਸ ਪੀਡੀਐਫ ਸਕੈਨਰ ਤੇ ਕਲਿੱਕ ਕਰਨਾ ਜਿਉਂ ਤੁਸੀਂ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦਾ ਤੁਹਾਡਾ ਜਿਹੜਾ ਸਕ੍ਰੀਨ ਆਪਣਾ ਸਕ੍ਰੀਨ ਹੈ ਸ਼ੋ ਹੋਊਗੀ ਤਾਂ ਹੁਣ ਮੇਰੀ ਗੱਲਾਂ ਧਿਆਨ ਨਾਲ ਸੁਣ ਲਓ ਕੱਲ ਨੂੰ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ ਪੀਡੀਐਫ ਬਣਾਉਣ ਲੱਗੇ ਤੇ ਸ਼ੀਟ ਅਟੈਚ ਕਰਨ ਲੱਗੇ ਇਹਨੂੰ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਣਾ ਠੀਕ ਹੈ ਚੰਗੀ ਤਰ੍ਹਾਂ ਸਮਝ ਲੈਣਾ ਸਭ ਤੋਂ ਪਹਿਲਾਂ ਤੁਸੀਂ ਅਨਸਰ ਸ਼ੀਟ ਬਣਾਉਣੀ ਹੈ ਅਨਸਰ ਸ਼ੀਟ ਜੁਣੀ ਵਿੱਚ ਦੱਸਿਆ ਵੀ 20 ਪੇਜਾਂ ਦੀ ਚਾਹੀਦੀ ਹੈ 20 ਪੇਜ ਤੇ 21ਵਾਂ ਪੇਜ ਹੋ ਸਕਦਾ ਤੁਹਾਡਾ ਰੋਲ ਨੰਬਰ ਦਾ ਤਾਂ ਟੋਟਲ 21 ਪੇਜ ਹੋਗੇ ਜੇ ਤੁਸੀਂ 13 ਸ਼ੀਟਾਂ ਬਣਾਉਂਦੇ ਹੋ ਲਿਖਦੇ ਹੋ ਤਾਂ ਇੱਕ ਰੋਲ ਨੰਬਰ ਦੀ ਹੋਗੀ 14 ਸ਼ੀਟਾਂ ਅਟੈਚ ਹੋਣਗੀਆਂ ਯੂਨੀਵਰਸਿਟੀ ਨੇ ਕਿਹਾ 20 ਸ਼ੀਟਾਂ ਚਾਹੀਦੀਆਂ ਨੇ ਤਾਂ ਇੱਕ ਰੋਲ ਨੰਬਰ ਦਾ ਫਰੰਟ ਪੇਜ ਜਿਹੜਾ ਤੁਹਾਡਾ ਰੋਲ ਨੰਬਰ ਦਾ ਹੋਣਾ ਚਾਹੀਦਾ ਤਾਂ ਉਹਦੇ ਲਈ ਕੀ ਕਰਨਾ ਤੁਸੀਂ ਜਿਹੜਾ ਫਰੰਟ ਪੇਜ ਆ ਜਿਹੜਾ ਪੀਡੀਐਫ ਬਣਾਉਣੀ ਆ ਜਿਹੋ ਦੀ ਸ਼ੀਟਾਂ ਸਾਰੀਆਂ ਲਿਖ ਲਈਆਂ ਸਾਰਾ ਪੇਪਰ ਤੁਸੀਂ ਕਰ ਲਿਆ ਤਾਂ ਉਸ ਤੋਂ ਬਾਅਦ ਤੁਸੀਂ ਪੀਡੀਐਫ ਬਣਾਉਣੀ ਆ ਪੀਡੀਐਫ ਬਣਾਉਣ ਲਈ ਇਹ ਪੀਡੀਐਫ ਸਕੈਨਰ ਆ ਇਹ ਰੀਅਰ ਕੀ ਆ ਤੁਸੀਂ ਇਹਨੂੰ ਓਪਨ ਕਰ ਲੈਣਾ ਓਪਨ ਕਰਕੇ ਤੁਸੀਂ ਕੈਮਰੇ ਤੇ ਜਿਹੜਾ نیچے ਕੈਮਰਾ ਦਿੱਤਾ ਹੈ ਇਹ ਤੇ ਕਲਿੱਕ ਕਰਨਾ ਜਦੋਂ ਤੁਸੀਂ ਤੇ ਕਲਿੱਕ ਕਰੋਗੇ ਤਾਂ ਤੁਹਾਡਾ ਕੈਮਰਾ ਔਨ ਹੋ ਜਾਊਗਾ ਤੇ ਨੀਚਲੇ ਪਾਸੇ ਦੇਖੋ 옵ਸ਼ਨਸ ਨੇ ਠੀਕ ਹੈ 옵ਸ਼ਨਸ ਜੇ ਤੁਹਾਨੂੰ ਗੈਲਰੀ ਦੇ ਵਿੱਚ ਪਈਏ ਥੋੜੀ ਫੋਟੋ ਖਿੱਚੀਆਂ ਤਾਂ ਉੱਥੋਂ ਵੀ ਆਪਾਂ ਸਿਲੈਕਟ ਕਰ ਸਕਦੇ ਹਾਂ ਜੇ ਫਿਰ ਗੈਲਰੀ ਦੇ ਵਿੱਚ ਨਹੀਂ ਪਈਆਂ ਹੈਗੇ ਫੋਟੋਆਂ ਤੁਸੀਂ ਪੀਡੀਐ ਬਣਾਉਣੀ ਐ ਤੁਸੀਂ ਡਾਇਰੈਕਟ ਤਾਂ ਤੁਸੀਂ ਸਿੱਧਾ ਹੀ ਇੱਧਰ ਨੀਚਲੇ ਪਾਸੇ ਦੇਖੋ ਮਲਟੀਪਲ ਪੇजेस ਦਾ ਆਪਸ਼ਨ ਹੈ ਇਹ ਨੀਲੇ ਰੰਗ ਦਾ ਹੋਣਾ ਚਾਹੀਦਾ ਮਲਟੀਪਲ ਪੇजेस ਦਾ ਮਤਲਬ ਕੀ ਹੈ ਵੀ ਤੁਸੀਂ ਕਈ ਸਾਰੇ ਪੇਜ ਇਕੱਠੇ ਪੀਡੀਐਫ ਦੇ ਵਿੱਚ ਅਟੈਚ ਕਰਨੇ ਨੇ ਬਣਾਉਣੀਆਂ ਪੀਡੀਐਫ ਪੇਜ ਬਣਉਣੀਆਂ ਫਾਈਲ ਬਣਉਣੀ ਹੈ ਕਈ ਪੇਜਾਂ ਦੀ ਤਾਂ ਉਹਦੇ ਲਈ ਮਲਟੀਪਲ ਪਲੇਸ ਦੇ ਨੀਲੇ ਰੰਗ ਦਾ ਹੋਣਾ ਜ਼ਰੂਰੀ ਹੈ ਜੇ ਤੁਸੀਂ ਇਹਨੂੰ ਕਲਿੱਕ ਕਰ ਦੋਗੇ ਤਾਂ ਸਿੰਗਲ ਰੰਗ ਹੋ ਜਾਊਗਾ ਵਾਈਟ ਕਲਰ ਦਾ ਤਾਂ ਸਿੰਗਲ ਕਲਰ ਇੱਕ ਇੱਕ ਕੇ ਫਾਈਲ ਅਟੈਚ ਬਣੂਗੀ ਹੈ ਨਾ ਹੁਣ ਤੁਸੀਂ ਕੀ ਕਰਨਾ ਇਹਨੂੰ ਪਹਿਲਾਂ ਸਾਰ ਨੂੰ ਪਹਿਲਾਂ ਤੁਸੀਂ ਅਜਵੇਂ ਤੁਸੀਂ ਫੋਟੋ ਜੀ ਦੇਖ ਰਹੇ ਹੋ ਪਹਿਲਾਂ ਤੁਸੀਂ ਯੂਨੀਵਰਸਿਟੀ ਰੋਲ ਨੰਬਰ ਜਿਹੜਾ ਹੈਗਾ ਥੋੜੀ ਪ੍ਰਿੰਟ ਆਊਟ ਕੱਢਿਆ ਹੈ ਉਹਦੀ ਫੋਟੋਕਾਪੀ ਖਿੱਚਣੀ ਹੈ ਮੰਲੋ ਆ ਤੁਹਾਡਾ ਯੂਨੀਵਰਸਿਟੀ ਰੋਲ ਨੰਬਰ ਆ ਮੇਰੀ ਫੋਟੋ ਕਾਪੀ ਸੈਂਟਰ ਪੁਆਇੰਟ ਤੋਂ ਖਿੱਚ ਲੈਣਾ ਇਹ ਕੈਪਚਰ ਹੋ ਗਈ ਹੁਣ ਦੇਖੋ نیچے ਲਿਖ ਕੇ ਇੱਕ ਆ ਗਿਆ ਤਾਂ ਇੱਕ ਥੋੜੀ ਸ਼ੀਟ ਮਤਲਬ ਇੱਕ ਪੇਜ ਥੋੜਾ ਕੰਜ਼ਿਊਮ ਹੋ ਗਿਆ ਇੱਕ ਪੇਜ ਬਣ ਗਿਆ ਉਸ ਤੋਂ ਬਾਅਦ ਤੁਸੀਂ ਆਨਸਰ ਸ਼ੀਟ ਜਿਹੜੇ ਆਨਸਰ ਪੇਜ ਲਿਖੇ ਹੋਏ ਨੇ ਮੰਨ ਲਓ ਇਹ ਇਹਦਾ ਦੂਸਰਾ ਪੇਜ ਆ ਮੰਨ ਲਓ ਪਹਿਲਾ ਪੇਜ ਆ ਜਿਹਦੇ ਉੱਤੇ ਤੁਸੀਂ ਰੋਲ ਨੰਬਰ ਲਿਖਿਆ ਸਬਜੈਕਟ ਲਿਖਿਆ ਸਾਰਾ ਕੁਝ ਜੋ ਵੀ ਤੁਹਾਨੂੰ ਪੈਟਰਨ ਮਿਲਿਆ ਹੋਇਆ ਜਿਹੜਾ ਤੁਸੀਂ ਬਾਜ਼ਾਰ ਤੋਂ ਲਿਆ ਠੀਕ ਹੈ ਉਹ ਪੇਜ ਹੋ ਗਿਆ ਉਹਦੇ નીચે ਤੁਸੀਂ ਲਿਖਣਾ ਸ਼ੁਰੂ ਕਰਤਾ ठीक है वो फोटो कापी ये पहला पेज हो गया ये फोटो कॉपी खिंच लैनी है ठीक है जी उस तो बाद दूसरे पेज की कापी खिंच ली है पेज नंबर लिखना उपरले पास पेज नंबर लिखा होना जरूरी है ठीक है आ दूसरे पेज जो थोड़ा आंसर शीट है वह दूसरा पेज की फोटोकॉपी खिंचनी इस तरह तुम्हें तीसरा पेज है ठीक है वो फोटो कॉपी खिंचनी आ मान सपोज कर लो तीसरा पेज है ये फोटोकॉपी इस तरह जिने भी पेज ने उन्होंने सारे दोटो कॉपी खिंच लैनिया है ਦੇਖੀ ਜੀ ਉਹ ਫੋਟੋ ਕਾਪੀਆਂ ਖਿੱਚ ਕੇ ਦੇਖੋ ਹੁਣ ਮੇਰੇ ਕੋਲ ਚਾਰ ਪੇਜ ਨੇ ਇਹਦੇ ਵਿੱਚ ਕੀ ਹੈ ਪਹਿਲਾ ਪੇਜ ਥੋੜਾ ਰੂਲ ਨੰਬਰ ਦਾ ਬਾਕੀ ਜਿਹੜੇ ਤਿੰਨ ਪੇਜ ਨੇ ਤੁਹਾਡੇ ਉਹ ਤੁਹਾਡੇ ਹੈਗੇ ਨੇ ਜਿਹੜਾ ਤੁਸੀਂ ਆਨਸਰ ਦਿੱਤੇ ਹੋ ਨੇ ਆਨਸਰ ਸ਼ੀਟ ਦੇ ਹੁਣ ਇਸ ਬਾਰੇ ਚਾਰ ਤੇ ਕਲਿੱਕ ਕਰ ਲੈਣਾ ਜਦੋਂ ਚਾਰ ਤੇ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦਾ ਪੈਟਰਨ ਖੁੱਲੂਗਾ ਹੁਣ ਇਹਦੇ ਵਿੱਚ ਜਿਹੜਾ ਸੈੱਟ ਸੈੱਟ ਸਾਇਕਲ ਜਿਹਾ ਉਹ ਮੇਰੇ ਸਰਕਲ ਇਹਨੂੰ ਆਪਾਂ ਸਿਲੈਕਟ ਕਰਕੇ ਆਪਾਂ ਕੀ ਕਰ ਸਕਦੇ ਜਿੰਨਾ ਕਾ ਆਪ ਨੂੰ ਚਾਹੀਦਾ ਆਪਾਂ ਐਕਸਟਰਾ ਚੀਜ਼ ਜਿਵੇਂ ਕੋਈ ਬੈੱਡ ਸ਼ੀਟ ਥੱਲੇ ਦਿਖੋ ਹੋ ਰਹੀ ਹੈ ਜਾਂ ਕੋਈ ਐਕਸਟਰਾ ਜਿਹੜੀ ਆਪ ਆਪਾ ਉਤ ਨੂੰ ਰਿਮੂਵ ਕਰਨਾ ਠੀਕ ਹੈ ਉਹਨੂੰ ਆਪਾਂ ਰਿਮੂਵ ਕਰ ਦੇਣਾ ਆ ਦੇਖੋ ਆਪਾਂ ਇੰਨਾ ਕੋ ਰੋਲ ਨੰਬਰ ਚਾਹੀਦਾ ਮੈਨੂੰ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਇਹਦੇ ਨੀਚੇ ਡਨ ਤੇ ਨਹੀਂ ਕਲਿੱਕ ਕਰਨਾ ਆਪਾਂ ਨੈਕਸਟ ਕਰ ਦੇਣਾ ਆ ਦੇਖੋ ਇੱਕ ਇੱਥੇ ਲਿਖਿਆ ਨਾ ਨੀਚੇ 1 4 ਤਾਂ ਇੱਕ ਪੇਜ ਥੋੜਾ ਸਹੀ ਹੋ ਗਿਆ ਉਸ ਤੋਂ ਬਾਅਦ ਦੂਸਰਾ ਪੇਜ ਸਹੀ ਕਰਨਾ ਠੀਕ ਹੈ ਦੂਸਰੇ ਪੇਜ ਨੂੰ ਫੇਰ ਆਪਾਂ ਸਿਲੈਕਟ ਕਰ ਲੈਣਾ ਵੀ ਜਿੰਨਾ ਕ ਆਪਾਂ ਨੂੰ ਚਾਹੀਦਾ ਦੇਖੋ ਐਕਸਟਰਾ ਪੇਜ ਮੈਂ ਸਾਰਾ ਕੱਟ ਤਾ ਠੀਕ ਹੈ ਇਹ ਧਿਆਨ ਨਾਲ ਦੇਖਣਾ ਉਹਨ ਤੇ ਕੋ ਠੀਕ ਹੈ ਜੀ ਫੇਰ ਤੀਜੇ ਪੇਜ ਨੂੰ ਕਰ ਲੈਣਾ जिन्होंने आपको सिलैक्ट कर लिया जिन्ना का अपन चाहिए ये थोड़ा मैं ध्यान ना तो एन वाली तरीके ने कल कोई गलती ना हो ठीक है जी उस तो चौथे पेज में आप सिलेक्ट कर लिया जिन्ना का अपन चाहिए ठीक है ये तो अपना जिम्मे मर्जी तुम अपना इनू एक बार चैक करके देख लो आप कोई स्कैन करके घर चीज़ ਠੀਕ ਹੈ ਜਿੰਨਾ ਕਾਪਨ ਚਾਹੀਦਾ ਆਪਾਂ ਉਹਨਾਂ ਨੂੰ ਕਿਨੂੰ ਸਿਲੈਕਟ ਕਰ ਲਈਏ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਡਨ ਕਰਤਾ ਇਸ ਪ੍ਰੋਸੈਸਿੰਗ ਕਰਨ ਲੱਗ ਗਿਆ ਹੁਣ ਪ੍ਰੋਸੈਸਿੰਗ ਕਰਨ ਤੋਂ ਬਾਅਦ ਨੀਚੇ ਆਪਸ਼ਨਸ ਆਉਂਦੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਹੁਣ ਇਹ ਜਿੰਨੇ ਪੇਜ ਤੁਸੀਂ ਪ੍ਰੋਸੈਸ ਕੀਤੇ ਨੇ ਸਾਰਾਂ ਦੀ ਕੱਲੀ-ਕੱਲੀ ਆਪਸ਼ਨ ਆ ਗਈ ਹੁਣ ਦੇਖੋ ਪਹਿਲੇ ਪੇਜ ਤੇ ਆਪਾਂ ਕਿਹੜਾ ਹੈ ਕਲਰ ਕਰਨਾ ਆਪਾਂ ਮੈਜਿਕ ਕਲਰ 1 ਤੇ ਕਲਿੱਕ ਕਰਨਾ ਇਹ ਸਾਫ਼ ਹੋ ਜਾਊਗਾ ਹੋ ਗਿਆ ਫਿਰ ਆਪਾਂ ਨੈਕਸਟ ਕਰ ਦਿੰਨਾ ਉੱਪਰਲੇ ਬਸ ਐਰੋ ਦਿੱਤਾ ਹੈ ਨਾ ਇਹ 1 1/4 ਦੇ ਨਾਲ ਐਰੋ ਦਿੱਤਾ ਹੈ ਦੂਜਾ ਪੇਜ ਹੋ ਗਿਆ ਦੂਜਾ ਪੇਜ ਤੇ ਵੀ ਆਪਾਂ ਮੈਜਿਕ ਕਰਤਾ ਫਿਰ ਤੀਜਾ ਪੇਜ ਹੋ ਗਿਆ ਤੀਜੇ ਕੇ ਪੇਜ ਤੇ ਵੀ ਆਪਾਂ ਮੈਜਿਕ ਕਰਤਾ ਚੌਥਾ ਪੇਜ ਹੋ ਗਿਆ ਚੌਥੇ ਪੇਜ ਤੇ ਵੀ ਆਪਾਂ ਮੈਜਿਕ ਕਰਤਾ ਪੀਡੀਫ ਜੇ ਇਸ ਤਰ੍ਹਾਂ ਤੇ ਕਿਨਾਂ ਬਣਾਉਗੇ ਤਾਂ ਸਾਡੀ ਪੀਡੀਫ ਵਧੀਆ ਬਣੂਗੀ ਤੇ ਪ੍ਰਿੰਟ ਵਧੀਆ ਹੋਊਗੀ ਨੰਬਰ ਵਧੀਆ ਹੋਣਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਦੇਖੋ نیچے ਬਟਨ ਇੱਕ ਕਲਿੱਕ ਬਣ ਰਿਹਾ ਠੀਕ ਹੈ ਦਾ ਨਿਸ਼ਾਨ ਆ ਜਿੱਥੇ ਲਿਖਿਆ ਹੈ ਸੇਵ ਆਲ ਆਪਾਂ ਨੂੰ ਸੇਵ ਵਾਲ ਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਉਸ ਤੋਂ ਪੁੱਛੂਗਾ ਜੀ ਤੁਸੀਂ ਪੀਡੀਐਫ ਸੇਵ ਕਰਨੀ ਹੈ ਜੇਪੀਜੀਸੀ ਕਰਨੀ ਆਪਾਂ ਪੀਡੀਐਫ ਸੇਵ ਕਰਨੀ ਹੈ ਉੱਪਰਲੇ ਬਸ ਇਹਦਾ ਨਾਮ ਆ ਰਿਹਾ ਰੀਨੇਮ ਪੀਡੀਐਫ ਸਕੈਨਰ ਇਹਨੂੰ ਆਪਾਂ ਮਟੇਰਨ ਇਹਨੂੰ ਡਿਲੀਟ ਕਰਤਾ ਇਹਨੂੰ ਆਪਾਂ ਨਾਮ ਦੇਤਾ ਆਨਸਰ ਸ਼ੀਟ ਹੈ ਮੰਨ ਲਓ ਪੋਲੀਟੀਕਲ ਸਾਇੰਸ ਆਨਸਰ ਸ਼ੀਟ ਪੋਲੀਟੀਕਲ ਸਾਇੰਸ ਸ਼ੀਟ ਡੇਟ ਪਾਉਣਾ ਪੇਪਰ ਕਿੰਨੀ ਤਰੀਕ ਨੂੰ ਮੰਨ ਲਓ 15 02 2021 ਨੂੰ ਠੀਕ ਹੈ ਜੀ ਇਹ ਨਾਮ ਪੂਨਾ ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਕਿਉਂਕਿ ਫੇਰ ਗਲਤੀ ਹੁੰਦੀਆਂ ਨੇ ਕੋਈ ਅਨਸਰ ਸ਼ੀਟ ਖਾਲੀ ਅਟੈਚ ਕਰ ਦਿੰਦਾ ਇਹ ਨੇਮ ਤੁਹਾਨੂੰ ਯਾਦ ਹੋਣਾ ਚਾਹੀਦਾ ਵੀ ਮੈਂ ਕੀ ਨਾਮ ਲਿਖਿਆ ਉਹ ਸ਼ੀਟ ਦਾ ਇਹਨੂੰ ਮੈਂ ਸੇਵ ਕਰਤਾ ਜੇ ਰੂ ਸੇਵ ਕਰਤਾ ਤਾਂ ਆਪਣ ਨੂੰ ਆ ਚੀਜ਼ ਆ ਗਈ। ਹੁਣ ਇਹਦੇ ਦੋ ਆਪਸ਼ਨ ਹੋਣੇ। ਜਾਂ ਤਾਂ ਤੁਸੀਂ ਇਹਨੂੰ ਗੈਲਰੀ 'ਚ ਵੀ ਸੇਵ ਕਰ ਸਕਦੇ ਹੋ ਜਾਂ ਫਾਈਲ ਦੇ ਵਿੱਚ ਵੀ ਸੇਵ ਕਰਦੇ ਹੋ। ਹੁਣ ਮੈਂ ਕੀ ਕੀਤਾ ਇਹਨੂੰ? ਗੈਲਰੀ ਵਿੱਚ ਸੇਵ ਕਰ ਸਕਦਾ। ਮੈਂ ਇਹਨੂੰ ਗੈਲਰੀ 'ਚ ਸੇਵ ਨਹੀਂ ਕਰਦਾ। ਜਿਵੇਂ ਪਹਿਲਾਂ ਆਪਾਂ ਆਪਸ਼ਨ ਦਿੱਤੀ ਗੈਲਰੀ ਤੋਂ ਨੂੰ ਅਪਲੋਡ ਕਰਨ ਦੇ ਓਕੇ ਹੋ। ਇਹਨੂੰ ਸ਼ੇਅਰ ਕਰ ਲੈਣਾ। ਇਹ ਦੋ ਸਾਈਟ ਤੇ ਡਾਟ ਨੇ। ਇਹਨੂੰ ਆਪਾਂ ਕਰਨਾ ਸ਼ੇਅਰ। ਠੀਕ ਹੈ ਜੀ? ਜੇ ਰੂ ਕਰੋਗੇ ਤਾਂ ਥੱਲੇ ਨੀਚੋਂ ਡਾਕੂਮੈਂਟ ਖੁੱਲ ਜਾਣਗੇ। ਇਹ نیچے ਡਾਕੂਮੈਂਟ ਖੁੱਲਣਗੇ ਇੱਥੇ ਨੂੰ ਸੇਵ ਟੂ ਡਰਾਈਵ ਆ ਜੂਗਾ ਦੇਖੋ ਆ ਇਹ ਜਿਹੜਾ ਬਟਨ ਆਹ ਵਾਲਾ ਮੈਨੂੰ ਮਾਰ ਕਰਨਾ ਸ਼ੋਅ ਕਰ ਦੇਣਾ ਤੁਹਾਨੂੰ ਤਾਂ ਕਿ ਪਤਾ ਲੱਗ ਜਵੇ ਆਹ ਕੋ ਆਹ ਵਾਲਾ ਸੋਰੀ ਹਾਂ ਦੁਬਾਰਾ ਕਰ ਦੇਣਾ ਆਹ ਵਾਲਾ ਬਟਨ ਗੇਲਿਕ ਹੈ ਸੇਵ ਟੂ ਡਰਾਈਵ ਤਾਂ ਆਪਾਂ ਕੀ ਕਰਨ ਨੂੰ ਸੇਵ ਟੂ ਡਰਾਈਵ ਦੇ ਵਿੱਚ ਇੱਥੇ ਕਲਿੱਕ ਕਰ ਦੇਣਾ ਜਿਦੋਂ ਤੇ ਕਲਿੱਕ ਕਰੋਗੇ ਤੇ ਆਪਣੇ ਆਪ ਇਹ ਡਰਾਈਵ ਤੇ ਸੇਵ ਹੋ ਜੂਗਾ ਅਲਕੋ ਪ੍ਰੀਡਿਕਲ ਸਾਇੰਸ ਥੋੜੀ ਜਿਹੜੀ ਈਮੇਲ ਆਈ ਡੀ ਬਣੀ ਹੀ ਆ ਉਹਦੇ ਅਕਾਊਂਟ ਦੇ ਵਿੱਚ ਮਾਈ ਡਰਾਈਵ ਦੇ ਵਿੱਚ ਸੇਵ ਹੋ ਗਿਆ ਇਹਨੂੰ ਸੇਵ ਕਰ ਦੇਣਾ ਠੀਕ ਹੈ ਜਿਹੜੀ ਈਮੇਲ ਆਈ ਡੀ ਥੋੜੀ ਫੋਨ ਦੇ ਵਿੱਚ ਚੱਲ ਰਹੀ ਹੈ ਪਲੇ ਸਟੋਰ ਦੇ ਵਿੱਚ ਉਹਦੇ ਵਿੱਚ ਇਹ ਸੇਵ ਹੋ ਜਾਊਗਾ ਜਦੋਂ ਇਹ ਸੇਵ ਹੋ ਗਿਆ ਉਸ ਤੋਂ ਬਾਅਦ ਕੀ ਕਰਨਾ ਆਪੇ ਚੋਂ ਬਾਹਰ ਨਿਕਲ ਜਣਾ ਸੌਖਾ ਕੰਮ ਹੋ ਗਿਆ ਇਹਨਾਂ ਨੂੰ ਤੁਹਾਨੂੰ ਹੁਣ ਅਪਲੋਡ ਕਰਨ ਦੀ ਲੋੜ ਨਹੀਂ ਤੁਹਾਡੀ ਫਾਈਲ ਆਟੋਮੈਟਿਕਲੀ ਸਿਲੈਕਟ ਹੋ ਜਾਊਗੀ ਹੁਣ ਤੁਸੀਂ ਕੀ ਕਰਨਾ ਜਿਹੜਾ ਤੁਹਾਨੂੰ ਲਿੰਕ ਭੇਜਿਆ ਗਿਆ ਹੈ WhatsApp ਤੇ ਉਨੂੰ ਕਲਿੱਕ ਕਰ ਲੈਣਾ ਮਲਵਾ ਲਿੰਕ ਭੇਜਿਆ ਹੈ जितने शी आंसर शीट टैच करनी है ये थोड़ा जहाखा अपना दिता ना, ठीक है पहला जी पहला जिम्मेखा से सिर्फ तुम्हें तो अपना नाम भरना उस तुब मोबाइल नंबर भरना उस कॉलेज रोल नंबर भरना उस तुँब यूनिवर्सिटी रोल नंबर भरना ਉਸ ਤੋਂ ਬਾਅਦ ਆਥੇ ਆਂਦਾ ਅਟੈਚ ਅਨਸਰ ਸ਼ੀਟ ਮੈਕਸਿਮਮ ਪੇਜ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਪਹਿਲਾ ਪੇਜ ਹਮੇਸ਼ਾ ਰੋਲ ਨੰਬਰ ਦੀ ਫੋਟੋ ਕਾਪੀ ਬਣਾ ਕੇ ਹੀ ਪੀਡੀਐ ਬਣਾਉਣੀ ਹੈ ਇੱਕ ਫਾਈਲ ਬਣ ਗਈ ਆਪਣੇ ਕੋਲ ਉਹਦੇ ਚ ਪਹਿਲਾ ਪੇਜ ਰੋਲ ਨੰਬਰ ਦਾ ਬਾਕੀ ਜਿਹੜੇ ਪੇਜ ਨੇ ਥੋੜੇ ਅਨਸਰ ਸ਼ੀਟ ਦੇ ਨੇ ਉਹਦੇ ਉੱਪਰ ਨੰਬਰਿੰਗ ਲਿਖੀ ਹੋਣੀ ਚਾਹੀਦੀ ਹੈ 1 2 3 4 5 6 ਜਿੰਨੇ ਵੀ ਸ਼ੀਟ ਹੋਣਗੇ ਜੇ 20 ਪੇਜਾਂ ਦੀ ਹੈ ਯੂਨੀਵਰਸਿਟੀ ਨੇ ਕਿਹਾ ਤਾਂ ਭਾਈ ਕਿਹ ਕਿ ਪੇਜ ਲਾ ਸਕਦੇ ਪਹਿਲਾ ਪੇਜ ਰੋਲ ਨੰਬਰ ਦਾ ਹੋਣਾ ਚਾਹੀਦਾ ਬਾਰ ਬਾਰ ਤੁਹਾਨੂੰ ਕਹਿ ਰਹੇ ਹਾਂ ਠੀਕ ਹੈ ਉਸ ਤੋਂ ਬਾਅਦ ਜੇ ਕੋਈ ਹੁਣ ਵੀ ਗਲਤੀ ਕਰੂਗਾ ਤੇਰੀ ਅਨਸਰ ਸ਼ੀਟ ਰਿਜੈਕਟ ਹੋ ਗਈ ਉਸ ਤੋਂ ਬਾਅਦ ਇਹ ਨਾਲ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੋਈ ਹੈ ਵੀ ਸਾਰੀ ਪੰਜਾਬੀ ਚ ਵੀ ਇੰਗਲਿਸ਼ ਚ ਵੀ ਇਹ ਫਾਈਲ ਦੇ ਵੀ ਤੁਹਾਨੂੰ ਨਾਲ ਇਨਫੋਰਮੇਸ਼ਨ ਅਸੀਂ ਦਿੱਤੀ ਵੀ ਕਿੰਨਾ ਸਾਈਜ਼ ਹੋਣਾ ਚਾਹੀਦਾ ਪੀਡੀਐਫ ਦਾ 10 ਐਮਬੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਤੇ ਉੱਚ ਇੰਗਲਿਸ਼ ਤੇ ਪੰਜਾਬੀ ਦੋਨਾਂ ਚੀਜ਼ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੋਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹ ਸਾਰੀ ਤੁਸੀਂ ਪੜ ਲਿਓ ਆਪਣੀ ਚੰਗੀ ਤਰ੍ਹਾਂ ਜੋੜ ਵੀ ਅਟੈਚ ਕਰੋਗੇ ਠੀਕ ਹੈ ਹੁਣ ਆਪਾਂ ਅਟੈਚ ਫਾਈਲ ਤੇ ਕਲਿੱਕ ਕਰਨਾ ਹੈ ਐਡ ਫਾਈਲ ਤੇ ਹੁਣ ਦੇਖੋ ਸੌਖਾ ਕੰਮ ਕੀ ਪਹਿਲਾਂ ਆਪਾਂ ਨੂੰ ਅਪਲੋਡ ਫਾਈਲ ਥੋੜੇ ਫੋਨ ਦੇ ਵਿੱਚ ਲੱਭਣੀ ਪੈਂਦੀ ਸੀ ਫਾਈਲ ਕਿੱਥੇ ਹੈ ਹੁਣ ਤੁਸੀਂ ਕੀ ਕਰਨਾ ਆ ਦੇਖੋ ਅਪਲੋਡ ਆਉਂਦਾ ਨਾਲ ਆਉਂਦਾ ਮਾਈ ਡਰਾਈਵ ਮਾਈ ਡਰਾਈਵ ਤੇ ਕਲਿੱਕ ਕਰ ਲੈਣਾ ਠੀਕ ਹੈ ਜੀ ਮਾਈ ਡਰਾਈਵ ਤੇ ਕਲਿੱਕ ਕਰਕੇ ਤੁਸੀਂ ਇੱਥੇ ਫਾਈਲ ਲੱਭ ਲੈਣੀ ਜਿਹੜੀ ਤੁਸੀਂ ਹੁਣ ਅਟੈਚ ਕੀਤੀ ਸੀ ਠੀਕ ਹੈ ਇੱਥੇ ਹੋਊਗੀ ਉਹ ਫਾਈਲ ਪੀਡੀਐਫ ਫਾਈਲ ਜਿਹੜੀ ਤੁਸੀਂ ਆਪਾਂ ਰੀਮਿੰਗ ਦੇ ਆ ਦੇਖੋ ਪੋਲੀਟੀਕਲ ਸਾਇੰਸ ਆ ਪਈ ਹੈ ਮੇਰੀ ਠੀਕ ਹੈ ਇਹਨੂੰ ਆਪਾਂ ਸਿਲੈਕਟ ਕਰ ਲੈਣਾ पोलीटल साइंस में इन सिलेक्ट करोंगे अगर इतने सिलेक्ट का बटन आ गया इन सिलेक्ट कर लेना तो सीधा ही थोड़ी सीट अटैच होनी नहीं उोसैसिंग थोड़ी सीट अपने आप ही अटैच हो जूगी इस सौखा काम है उस तो बादन लग ठीक है सबमिट करने तो बाद थोड़ा चेर प्रोसैसिंग लगेगा ਫਿਰ ਉਹ ਤਾਂ ਥੋੜਾ ਜਿਹਾ ਲਿਖ ਕੇ ਆ ਜੀ ਮੈਸੇਜ ਵੀ ਤੁਸੀਂ ਇੰਨੀ ਤੀਖੀ ਦੀ ਅੰਦਰ ਜੀ ਸਬਮਿਟ ਕਰ ਦਿੱਤੀ ਹੈ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਕੋਲ ਰੱਖ ਲੈਣਾ ਇਹ ਹੈਗਾ ਪ੍ਰੋਸੈਸ ਦੂਸਰਾ ਕਈ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਵੀ ਸਾਡੇ ਜੀ ਉਹ ਸਰਵਰ ਦੀ ਪ੍ਰੋਬਲਮ ਹੈ ਵੀ ਸਰਵਰ ਰਿਜੈਕਟ ਕਰ ਦਿੰਦਾ ਉਹਦੇ ਲਈ ਮੈਂ ਤੁਹਾਨੂੰ ਇੱਕ ਮੋਬਾਈਲ ਦੇ ਵਿੱਚ ਆਪਰੇਸ਼ਨ ਦਿੰਦਾ ਇੱਕ ਤਾਂ ਤੁਹਾਡੇ ਮੋਬਾਈਲ ਦੇ ਵਿੱਚ Google Chrome ਹੋਣਾ ਜ਼ਰੂਰੀ ਹੈ Google Chrome ਕੀ ਹੈ ਇਸ ਤਰ੍ਹਾਂ ਜੀ ਆਪਣਾ ਜਿਹੜਾ ਬਰਾਊਜ਼ਰ ਆਹ ਦੇਖੋ ਇਹ ਆਦੀ Google Chrome ਇਹ ਮੈਨੂੰ ਮਾਰਕਰ ਨੂੰ ਕਹਨਾ ਆਵੜ ਇਹ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਕੀ ਕਰਨਾ ਜੇ ਤੁਹਾਡੇ ਇਹ ਮੋਬਾਈਲ ਦੇ ਵਿੱਚ ਹੈਗਾ ਪਰ ਫਿਰ ਵੀ ਥੋੜੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਕੀ ਕਰਨਾ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਣਾ ਸੈਟਿੰਗ ਤੇ ਕਲਿੱਕ ਕਰ ਲੈਣਾ ਸੈਕੰਡ ਦੇ ਵਿੱਚ ਐਪ ਸੈਟਿੰਗ ਦੇ ਵਿੱਚ ਹੁੰਦੀ ਡਿਫਾਲਟ ਐਪ ਸੈਟਿੰਗਸ ਠੀਕ ਹੈ ਜੀ ਇਹਦੇ ਵਿੱਚੋਂ ਉੱਪਰ ਰਾਈਟ ਕਰਕੇ ਸਾਰਿਆਂ ਦੇ ਵਿੱਚ ਪਹੁੰਚਾਂ ਡਿਫਾਲਟ ਐਪਸ ਹੁੰਦੀਆਂ ਇਹਦੇ ਉੱਪਰਲੇ ਪਾਸੇ ਡਿਫਾਲਟ ਐਪਸ ਲਿਖਿਆ ਹੈ ਨਾ ਦੂਜੀ ਨੰਬਰ ਤੇ ਇਹਨੂੰ ਕਲਿੱਕ ਕਰ ਲੈਣਾ ਇਹਦੇ ਵਿੱਚ ਆ ਐਪਸ ਆਉਣਗੇ ਥੋੜੀਆਂ ਇਹਦੇ ਵਿੱਚ ਪਹਿਲੇ ਨੰਬਰ ਤੇ ਜਾਂ ਦੂਜੇ ਨੰਬਰ ਤੇ ਬ੍ਰਾਊਜ਼ਿੰਗ ਐਪ ਲੱਪਣੀਆਂ ਤੇ ਪਹਿਲੇ ਨੰਬਰ ਤੇ ਹੈਗੀ ਨਾ ਬ੍ਰਾਊਜ਼ਿੰਗ ਐਪ ਆਵੜੇ ਇਹਨੂੰ ਕਲਿੱਕ ਕਰਨਾ ਇਹਨੂੰ ਕਲਿੱਕ ਕਰਕੇ ਦੇਖਣਾ ਇਹਦੇ ਵਿੱਚ ਦੋ ਚੀਜ਼ ਹੋਣਗੀਆਂ ਕਿ ਸੈਮਸੰਗ ਇੰਟਰਨੈਟ ਹੋਊਗਾ ਇੱਕ ਥੋੜਾ ਬਜਾ ਜੋ ਵੀ ਥੋੜੀਆਂ ਐਪਲੀਕੇਸ਼ਨ ਹੋਣਗੀਆਂ ਸਾਰਿਆਂ ਤੇ ਕਲਿੱਕ ਕਰੋ ਇਹਦੇ ਵਿੱਚ ਇਹ ਦੇਖਣਾ ਬਸ ਜਿਹੜਾ ਥੋੜਾ ਜੇ ਤੁਹਾਡਾ Google Chrome ਸਿਲੈਕਟਰ ਸਹੀ ਠੀਕ ਹੈ ਫਿਰ ਥੋੜੀ ਆਪਣੀਆਂ ਵਹੋਣੀਆਂ ਜੇ ਤੁਹਾਡਾ ਫਿਰ ਵੀ 에ਰਰ ਆਉਂਦੀ ਹੈ ਤਾਂ ਕਿਥੋਂ Google Chrome ਸਿਲੈਕਟ ਕਰ ਲੈਣਾ ਬਸ ਆਪਣੇ ਮੋਬਾਈਲ ਦੇ ਵਿੱਚ Google Chrome ਕੀ ਹੈ ਉਹਨੂੰ ਡਿਫਾਲਟ ਐਪਲੀਕੇਸ਼ਨ ਦੇ ਤੌਰ ਤੇ ਸਿਲੈਕਟ ਕਰਨਾ Samsung ਇੰਟਰਨੈਟ ਕਈਆਂ ਦੇ ਵਿੱਚ ਹੁੰਦਾ ਕਈਆਂ ਵਿੱਚ ਕੁਝ ਹੁੰਦਾ ਇੰਟਰਨੈਟ ਐਕਸਪੋਜ਼ਰ ਹੋਰ ਹੁੰਦਾ ਨਾ ਤਾਂ ਆਪਾਂ ਉਹਨੂੰ Google Chrome ਨੂੰ ਸਿਲੈਕਟ ਕਰਨਾ ਇਹਦੇ ਐਪਲੀਕੇਸ਼ਨ ਦੇ ਵਿੱਚ ਖਿੱਚ ਜਾਣਾ ਇਹ ਸੈਟਿੰਗ ਦੇ ਵਿੱਚ ਪਹਿਲਾਂ ਤੁਸੀਂ ਸੈਟਿੰਗ ਦੇ ਵਿੱਚ ਜਾਣਾ ਸੈਟਿੰਗ ਦੇ ਵਿੱਚ ਜਾ ਕੇ ਤੁਸੀਂ ਐਪ ਸੈਟਿੰਗ ਦੇ ਵਿੱਚ ਜਾਣਾ ਐਪਲੀਕੇਸ਼ਨ ਸੈਟਿੰਗ ਦੇ ਵਿੱਚ ਉਹਦੇ ਵਿੱਚ ਡਿਫਾਲਟ ਐਪਲੀਕੇਸ਼ਨ ਲੱਭਣੀਆਂ ਨੇ ਡਿਫਾਲਟ ਐਪਲੀਕੇਸ਼ਨ ਦੇ ਵਿੱਚ ਜਾ ਕੇ ਬ੍ਰਾਊਜ਼ਰ ਐਪਸ Google Chrome ਤੇ ਲੱਭ ਲੈਣੀਆਂ ਉਹਨੂੰ ਆਪਾਂ ਨੇ ਕਲਿੱਕ ਕਰਨਾ ਜੇ ਥੋੜੀ ਪ੍ਰੋਬਲਮ ਆਉਂਦੀ ਹੈ ਤਾਂ ਇਹ ਸੈਟਿੰਗ ਕਰਨੀ ਹੈ ਆਦਰਵਾਇਜ਼ ਤੁਹਾਨੂੰ ਸੈਟਿੰਗ ਕਰਨ ਦੀ ਲੋੜ ਨਹੀਂ ਤੁਸੀਂ Google Drive ਤੇ ਉੱਧੇ ਹੀ ਸੇਵ ਕਰਕੇ ਤੁਸੀਂ ਉਹਨੂੰ ਅਪਲੋਡ ਕਰ ਸਕਦੇ ਹੋ ਤੇ ਹੁਣ ਇੱਕ ਧਿਆਨ ਹੈ ਪੇਪਰ ਨੂੰ ਸਿਰਫ 90 ਮਿੰਟ ਤੁਹਾਨੂੰ ਮਿਲਦੇ ਨੇ ਜਦੋਂ ਪੇਪਰ ਥੋੜਾ ਖਤਮ ਹੋ ਗਿਆ 90 ਮਿੰਟ ਦੇ ਵਿੱਚ ਤੁਸੀਂ ਆਪਣੀ ਸ਼ੀਟ ਅਪਲੋਡ ਕਰਨੀ ਹੈ ਅਦਰਵਾਈਜ਼ ਤੁਹਾਡਾ ਸਿਲੈਕਟ ਆਪਣਾ ਐਕਸੈਪਟ ਨਹੀਂ ਕੀਤਾ ਜਾਊਗਾ ਧੰਨਵਾਦ ਤੇ ਜੇ ਹੋਰ ਕੋਈ ਇਨਫੋਰਮੇਸ਼ਨ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਆਪਣਾ ਲਿਖ ਕੇ ਇਸ ਟਿਊਬ ਦੇ ਤਾਂ ਆਪਣਾ ਕੁਐਸਚਨ ਪੁੱਟ ਕਰ ਸਕਦੇ ਹੋ ਤੇ ਮੈਂ ਉਹਦਾ ਜਵਾਬ ਦੇਵਾਂਗਾ ਧੰਨਵਾਦ